ਹਾਂਜੀ ਕਿਸਾਨ ਭਰਾ ਬਹੁਤ ਸਤਿ ਸ੍ਰੀ ਅਕਾਲ। ਜੇ ਤੁਸੀਂ ਮੱਕੀ ਬੀਜੀ ਹੈ ਤੇ ਮੱਕੀ ਵਿੱਚ ਰੇਹ ਪਾਉਣ ਵਿੱਚ ਬਹੁਤ ਦਿੱਕਤ ਆਉਂਦੀ ਹੈ, ਕਿਉਂਕਿ ਇਕੱਲੇ ਇਕੱਲੇ ਮੱਕੀ ਦੇ ਟਾਂਡੇ ਨੂੰ ਰੇਹ ਦੇਣੀ ਪੈਂਦੀ ਹੈ। ਤੇ ਇਹਦੇ ਲਈ ਲੋਕ ਵੱਖ ਵੱਖ ਤਰੀਕੇ ਅਪਣਾ ਰਹੇ ਆ, ਕੋਈ ਬੋਤਲ ਲਾ ਰਿਹਾ ਪੈਪਾਂ ਤੇ, ਕੋਈ ਮੁੱਠੀਆਂ ਨਾਲ ਪਾ ਰਿਹਾ। ਤੇ ਅੱਜ ਤੁਹਾਡੇ ਲਈ ਇੱਕ ਬਹੁਤ ਸਧਾਰਨ ਤੇ ਸੌਖਾ ਤਰੀਕਾ ਲੈ ਕੇ ਆਏ ਆ, ਜਿਹਦੇ ਸੌਖੇ ਤਰੀਕੇ ਨਾਲ ਹੀ ਮੱਕੀ ਵਿੱਚ ਰੇਹ ਪਾ ਸਕਦੇ ਹੋ। ਇਹ ਤੁਸੀਂ ਆਪ ਖੇਤ ਵਿੱਚ ਹੀ ਤਿਆਰ ਕਰ ਸਕਦੇ ਹੋ। ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਦੂਜੇ ਕਿਸਾਨਾਂ ਤੱਕ ਪਹੁੰਚ ਸਕੇ। ਹਾਂਜੀ ਮਿੱਤਰੋ, ਆਪਾਂ ਖੇਤ ਆਏ ਸੀ, ਇੱਥੇ ਬਾਈ ਨੇ ਇੱਕ ਜੁਗਾੜ ਬਣਾਇਆ ਮੱਕੀ 'ਚ ਰੇਹ ਪਾਉਣ ਵਾਲਾ। ਇਹ ਵੀਡੀਓ ਜਿਨ੍ਹਾਂ ਬਾਈਆਂ ਨੇ ਮੱਕੀ ਬੀਜੀ ਇਸ ਵਾਰ ਉਹਨਾਂ ਲਈ ਬਹੁਤ ਫਾਇਦੇਮੰਦ ਆ, ਅਤੇ ਉਹਨਾਂ ਨੇ ਰੇਹ ਪਾਉਣ ਵਾਲਾ ਜੁਗਾੜ ਬਣਾਇਆ, ਤਾਂ ਆਪਾਂ ਕਰਦੇ ਹਾਂ ਗੱਲਬਾਤ। ਹੋਰ ਬਾਈ ਸੁਰਿੰਦਰਾ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਆ? ਠੀਕ ਹੈ ਜੀ। ਤੁਸੀਂ ਆ ਕੀ ਬਣਾਈ ਬੈਠਾ? ਇਹ ਰੇਹ ਪਾਉਣ ਵਾਲਾ ਜੁਗਾੜ ਬਣਾਇਆ ਜੀ। ਇਹ ਕਿਵੇਂ ਪਾਉਂਦਾ ਰੇਹ? ਰੇਹ ਇਹਦੇ 'ਚ ਆਪਾਂ ਰੇਹ ਪਾ ਲਈ ਦੇ, ਆਪਣਾ ਪੌਣਾ ਗੱਟਾ ਪਾ ਲਓ ਜੀ। ਅੱਛਾ, ਬਣਾਇਆ ਆਪਾਂ ਨੇ ਆਹ ਪਟੇਲਾ 'ਤੇ, ਦੋ ਪਟੇਲਾ 'ਤੇ। ਹਾਂ, ਆਹ ਵੱਧ ਘੱਟ ਵਾਸਤੇ ਇੱਥੇ ਅੰਗੂਠੇ ਲਾ ਲੈਣੇ। ਅੱਛਾ, ਇਹਦੇ ਨਾਲ ਰੇਹ ਰੋਕੀ ਜਾ ਸਕਦੀ? ਹਾਂ, ਜਿੰਨਾ ਪਾਉਣੀ ਉਨੀ ਪਾ ਸਕਦਾ ਜੀ। ਠੀਕ ਹੈ, ਤੇ ਆਪਾਂ ਹੁਣ ਤੁਹਾਨੂੰ ਇਹ ਚਲਾ ਕੇ ਦਿਖਾਵਾਂਗੇ ਰੇਹ। ਤੇ ਰੇਹ ਪਾਓ ਵੀ ਮੁੰਡੇ 'ਚ। ਵੀਰ ਵੱਲੋਂ ਬਹੁਤ ਸੋਹਣੀ ਕੋਸ਼ਿਸ਼ ਕੀਤੀ ਗਈ ਹੈ ਅਤੇ ਬਹੁਤ ਵਧੀਆ ਇਹ ਜੁਗਾੜ ਬਣਾਇਆ ਗਿਆ ਹੈ। ਤੁਹਾਨੂੰ ਇਹ ਜੁਗਾੜ ਕਿੱਦਾਂ ਲੱਗਿਆ? ਬਾਈ ਨੂੰ ਕਮੈਂਟਾਂ ਵਿੱਚ ਨੰਬਰ 1 ਤੋਂ ਲੈ ਕੇ 10 ਤੱਕ ਜ਼ਰੂਰ ਦਿਓ। ਲਓ ਜੀ, ਰੇਹ ਪਾ ਕੇ ਹੋ ਗਈ ਤਿਆਰ। ਅਤੇ ਆਹ ਤੁਸੀਂ ਦੇਖ ਸਕਦੇ ਹੋ, ਜਿਵੇਂ ਇੱਕ ਆਪਾਂ ਮੁੱਠੀ ਮੁੱਠੀ ਨਾਲ ਪਾਉਣਾ, ਉਹਦੇ ਨਾਲ ਇਹ ਫਾਇਦੇ 'ਚ ਹੈ। ਅਤੇ ਕੰਟਰੋਲ ਕਿਵੇਂ ਕਰਨਾ ਬਾਈ ਇਹਨੂੰ? ਇੱਥੇ ਅੰਗੂਠੇ ਲਾ ਲਈਦੇ ਜੀ, ਇਹ ਬੰਦ ਹੋ ਜਾਂਦਾ ਜੀ। ਜਿੰਨੀ ਛੱਡਣੀ ਆ ਉੱਥੋਂ ਅੰਗੂਠਾ ਚੱਕੋ ਅਤੇ ਚੱਲ ਪੈਂਦੀ ਆ। ਗੱਟਾ ਪਾਉਣਾ ਕਿੰਨੀ ਮਰਜ਼ੀ ਪਾ ਸਕਦੇ ਆ, ਵੱਡੀਆਂ ਪੈਪਾਂ ਲਾਤੀਆਂ। ਬਹੁਤ ਵਧੀਆ ਜੁਗਾੜ ਬਣਾਇਆ ਜੀ। ਕਹਿੰਦੇ ਨਾ ਜ਼ਰੂਰਤ ਕਾਢ ਦੀ ਮਾਂ ਹੁੰਦੀ ਹੈ, ਅਤੇ ਬਾਈ ਨੇ ਬਹੁਤ ਵਧੀਆ ਕਾਢ ਕੱਢੀ ਹੈ। ਇਹ ਤੁਸੀਂ ਵੀ ਅਪਣਾ ਸਕਦੇ ਹੋ ਆਪਣੇ ਖੇਤ ਮੱਕੀ ਵਿੱਚ ਪਾਉਣ ਲਈ। ਚਲੋ, ਧੰਨਵਾਦ ਵੀਰ। ਅਣਖ ਪੇਜ ਨੂੰ ਫੋਲੋ ਅਤੇ ਸ਼ੇਅਰ ਕਰੋ ਜੀ। ਧੰਨਵਾਦ।